ਇੱਕ ਕਰੋੜ ਅਚਾਨਕ ਜੇਬ ਦੇ ਵਿੱਚ ਆ ਗਿਆ, ਖਾਲੀ ਖੜੇ ਆ, ਕੀ ਅਗਲਾ ਸਟੈਪ ਹੋਏਗਾ ਇਹ ਤੁਸੀਂ ਵੀ ਮੈਨੂੰ ਦੱਸਿਓ। ਵੀ ਸਾਡੇ ਬਾਹਰ ਦੇ ਵੀਜ਼ੇ ਲੱਗ ਜਾਣ, ਫਿਰ ਜਦੋਂ ਜਿਨ੍ਹਾਂ ਦੇ ਵੀਜ਼ੇ ਲੱਗ ਜਾਂਦੇ ਨੇ ਫਿਰ ਇੱਥੇ ਆ ਕੇ ਜਹਾਜ਼ ਚੜ੍ਹਾ ਜਾਂਦੇ ਨੇ। ਮਾਸੀ ਸਪੈਸ਼ਲ ਬਾਹਰ ਆਏ, ਕਹਿੰਦੇ ਮੈਂ ਗੱਡੀ ਵੇਖਣੀ ਆ, ਤੁਰਿਆ ਨਹੀਂ ਜਾਂਦਾ, ਪਰ ਫਿਰ ਵੀ ਆਏ ਮਾਸੀ। ਆਖਿਰਕਾਰ ਮੇਰੇ ਸੱਸ ਸਹੁਰੇ ਤੇ ਨਾਲ ਅਨੂ ਇਹਨਾਂ ਦਾ ਜਾਣ ਦਾ ਸਮਾਂ ਆ ਗਿਆ ਤੇ ਮੈਂ ਕਿਹਾ ਇਹਨਾਂ ਨੂੰ ਬੱਸ ਸਟੈਂਡ ਤੱਕ ਕੀ ਛੱਡ ਗਿਆ ਨਾ, ਮੈਂ ਅੱਗੇ ਤੱਕ ਆ ਰਿਹਾ ਨਾ ਤਾਂ ਅੱਗੇ ਵਾਪਸ ਨਾ ਮੁੜ ਜਾਣ, ਇਹ ਠੀਕ ਹੈ ਨਾ, ਅੱਗੇ ਤੱਕ ਆ ਰਿਹਾ ਜੀ, ਅੱਧ ਤੱਕ ਛੱਡ ਆਉਂਦੇ ਆ, ਨਾ ਪੂਰਾ ਨਹੀਂ ਛੱਡਣਾ, ਪੂਰਾ ਛੱਡਣ ਨੂੰ ਟਾਈਮ ਨਹੀਂ ਕਰਨਾ। ਹਾਂ ਤੇ ਆਪਾਂ ਚੱਲੇ ਜੀ ਜਲੰਧਰ, ਔਰ ਮੰਮੀ ਨੇ ਜਾਣਾ ਸੀ ਜਲੰਧਰ ਮਾਸੀ ਨੂੰ ਮਿਲਣ, ਮਾਸੀ ਦੀ ਥੋੜ੍ਹੀ ਤਬੀਅਤ ਖਰਾਬ ਹੈ, ਸੋ ਆਪਾਂ ਵੀ ਜਾ ਆਈਏ ਨਾਲ ਮਾਸੀ ਨੂੰ ਮਿਲ ਆਵਾਂਗੇ, ਇਹਦੇ ਨਾਲ ਮੰਮੀ ਨੂੰ ਅੱਧ ਤੱਕ ਛੱਡ ਦਾਂਗੇ। ਸੋ ਅਸੀਂ ਚੱਲੇ ਹਾਂ ਅੱਜ ਅਤੇ ਅਸੀਂ ਆਵਾਂਗੇ ਕੱਲ੍ਹ ਜਲੰਧਰ ਲਈ ਰਵਾਨਾ ਹੋਣ ਲੱਗੇ ਹਾਂ, ਕੱਪੜੇ ਕੁਪੜੇ ਸਾਰਿਆਂ ਨੇ ਆਪਣੇ ਆਪਣੇ ਪੈਕ ਕਰ ਲਏ, ਦੇਖ ਲਓ ਕੁਛ ਰਹਿ ਨਾ ਜੇ ਤੁਹਾਡਾ ਸਮਾਨ, ਡੈਡੀ ਚੈੱਕ ਕਰ ਲਓ, ਫੋਨ ਚੱਕ ਲਿਆ, ਲੈ ਲਿਆ, ਡੈਡੀ ਕਹਿ ਰਹੇ ਮੇਰਾ ਸੈਂਟ ਚੱਕ ਲਿਆ, ਪਰਫਿਊਮ ਪਾ ਲਿਆ ਮੇਰਾ, ਕਿਰਨ ਮੈਨੂੰ ਵੀ ਦੇ ਦਿਓ ਮੇਰਾ ਘੈਂਟ ਜਿਹਾ ਪਰਫਿਊਮ ਕੋਈ, ਲਾ ਹੀ ਲੈਣਾ ਅੰਦਰ ਜਾ ਕੇ ਇਸ ਤੋਂ ਪਹਿਲਾਂ ਕਿਰਨ ਮੁੱਕਰ ਜਾਣ, ਅਤੇ ਨਾਲ ਇਬਾਦਤ ਸੁੱਤੀ ਹੋਈ ਹੈ, ਮੈਂ ਸਵਾਤਾ ਸੀ ਇਬਾਦਤ ਨੂੰ, ਹੁਣ ਇਹਨੂੰ ਬਸ ਗੋਦੀ ਚੱਕਣੇ 'ਤੇ ਲੈ ਜਾਣਾ। ਹਾਏ ਹਾਏ ਹਾਏ, ਲਓ ਜੀ ਆਪਾਂ ਪਹੁੰਚ ਗਏ ਜੀ ਲੁਧਿਆਣੇ, ਨਹੀਂ ਕਿੱਥੇ ਪਹੁੰਚੇ ਆਪਾਂ, ਜਲੰਧਰ, ਸੋਰੀ ਕਿੱਡਾ ਦਿਮਾਗ 'ਚ ਨਿਕਲ ਗਿਆ, ਆਪਾਂ ਪਹੁੰਚ ਗਏ ਸੀ ਜਲੰਧਰ, ਅਨੂ ਨੂੰ ਅਸੀਂ ਉਤਾਰਤਾ, ਇਹ ਸੀਟ ਹੋ ਗਈ ਅਨੂ ਦੀ ਖਾਲੀ, ਅਨੂ ਨੂੰ ਬੱਸੇ ਚੜ੍ਹਾਇਆ ਅਤੇ ਅਨੂ ਨੂੰ ਬੜਾ ਜ਼ੋਰ ਲਾਇਆ ਵੀ ਚਲੋ ਮਾਸੀ ਘਰੇ ਨਾਲ ਫੁਲਕਾ ਛੱਕ ਜੀ, ਪ੍ਰਸ਼ਾਦਾ ਛੱਕ ਜੀ, ਦੁਪਹਿਰ ਦਾ ਟਾਈਮ ਹੈ, ਕਹਿੰਦੀ ਨਾ ਮੈਂ ਜਲਦੀ ਪਹੁੰਚਣਾ ਘਰੇ, ਉਹਨੂੰ ਕਾਹਲੀ ਮਚੀ ਹੋਈ ਸੀ ਅੱਜ ਪਹੁੰਚਣ ਦੀ, ਕਾਹਲੀ ਬੜੀ ਮੈਂ, ਚਲੋ ਹੁੰਦਾ ਹੀ ਹੈ ਇੱਕ ਨੂੰ ਵੀ ਟਾਈਮ ਸਿਰ ਘਰ ਪਹੁੰਚ ਜਾਈਏ, ਫਿਰ ਉਹਨੂੰ ਐਂ ਸੀ ਪਹਿਲਾਂ ਘਰੇ ਜਾਊਂਗੀ 2-3 ਘੰਟੇ ਇੱਥੇ ਲੱਗਣਗੇ, ਫਿਰ ਉਸ ਤੋਂ ਬਾਅਦ ਫਿਰ ਲੇਟ ਹੋ ਜਾਵਾਂਗੀ, ਅਨੂ ਨੂੰ ਬੱਸੇ ਬਿਠਾ ਤਾ, ਉਸ ਤੋਂ ਬਾਅਦ ਆਪਾਂ ਹੁਣ ਜਾਈਏ ਮਾਸੀ ਹੋਰਾਂ ਦੇ ਘਰੇ, ਹਿਸਾਬ ਕਿਤਾਬ ਮਾਸੀ ਦਾ ਵੀ ਬਿਮਾਰ ਵਾਲਾ ਹੋਇਆ ਪਿਆ, ਮਾਸੀ ਥੋੜ੍ਹੇ ਢਿੱਲੇ ਨੇ, ਮਾਸੀ ਦਾ ਵੀ ਹਾਲ ਚਾਲ ਪਤਾ ਕਰੀਏ। ਆਉਂਦੇ ਪਹਿਲਾਂ ਰੋਟੀ ਦੇ ਟੁੱਟ ਗਏ ਸਾਰੇ, ਦੁਪਹਿਰ ਦਾ ਟਾਈਮ, ਦੀਦੀ ਨੇ ਬਣਾਇਆ ਖਾਣਾ, ਆਹ ਸਾਡੇ ਮਾਸੀ ਜੀ ਬੈਠੇ, ਹੈਲੋ ਮਾਸੀ ਜੀ, ਮਾਸੀ ਜੀ ਥੋੜ੍ਹੇ ਢਿੱਲੇ ਨੇ, ਹੁਣ ਕੱਸ ਦਾਂਗੇ ਮਾਸੀ ਜੀ ਨੂੰ, ਗਠੀਏ ਦਾ ਇਲਾਜ, ਮਾਸੀ ਜੀ ਨੂੰ ਗਠੀਏ ਦੀ ਪ੍ਰੋਬਲਮ ਹੈ, ਚਲੋ ਮਾਲਕ ਕਰਨਗੇ ਭਲੀ ਕਰਨਗੇ। ਇਹਨਾਂ ਦਾ ਬ੍ਰੰਚ ਹੋ ਜਾਏਗਾ, ਸਾਡਾ ਲੰਚ ਹੋ ਗਿਆ, ਹਾਂਜੀ ਸਹੀ ਗੱਲ, ਇਹ ਬਣਾਉਣਾ ਖਾਏਗੀ ਥੋੜੀ ਦੇਰ ਤੱਕ, ਕਹਿੰਦਾ ਪਲੇਟ ਖਾ ਰਹੀ ਹੈ, ਦੇਖੋ ਮਾਰ ਲੈਣੀ ਇਹਨੇ, ਲਓ ਜੀ ਰੋਟੀ ਰੋਟੀ ਖਾ ਕੇ ਸਾਰੇ ਵਿਹਲੇ ਹੋ ਗਏ, ਸਾਰੇ ਆਪਣੇ ਆਪਣੇ ਥਾਵਾਂ ਤੇ ਵੜ ਗਏ ਸੀ, ਮੈਂ ਡੈਡੀ ਕਿਰਨ ਤੇ ਦੀਦੀ ਹੋਣੀ ਅਸੀਂ ਇੱਥੇ ਬੈਠ ਕੇ ਇੰਟੈਲੀਜੈਂਟ ਗੇਮ ਖੇਡ ਰਹੇ ਹਾਂ, ਚਲੋ ਦੀਦੀ ਇੱਕ ਮਾਈਂਡ ਗੇਮ ਹੈ ਤੁਹਾਡੇ ਵਾਸਤੇ,
ਸਿੰਪਲ ਜੀ, ਸਪੋਜ਼ ਤੁਸੀਂ ਹੋਮਲੈਸ ਹੋ, ਕੋਈ ਘਰ ਨਹੀਂ ਤੁਹਾਡੇ ਕੋਲ, ਕੁਛ ਵੀ ਨਹੀਂ, ਤੁਸੀਂ ਸੜਕ ਦੇ ਸੈਂਟਰ 'ਚ ਖੜ੍ਹੇ ਹੋ, ਠੀਕ ਹੈ। ਕਿਰਨ ਤੁਹਾਡੇ ਵਾਸਤੇ ਵੀ ਸਵਾਲ, ਡੈਡੀ ਤੁਹਾਡੇ ਵਾਸਤੇ ਵੀ, ਆਪਣਾ ਆਪਣਾ ਦੱਸਿਓ ਬਾਅਦ 'ਚ, ਠੀਕ ਹੈ। ਸੜਕ ਦੇ ਸੈਂਟਰ 'ਚ ਖੜ੍ਹੇ ਹੋ, ਹੋਮਲੈਸ ਹੋ, ਕਿਰਨ ਦੀ ਲਾਈਫ 'ਚ ਮੈਂ ਤਾਂ ਵੱਧ ਦਾਂ, ਤੁਹਾਡੀ ਲਾਈਫ 'ਚ ਵੀ ਹੈ ਨਾ, ਜਿਵੇਂ ਡੈਡੀ ਦੀ ਲਾਈਫ 'ਚ ਵੀ ਹੈ ਨਾ, ਆਪਣੇ ਆਪਣੇ, ਅਤੇ ਤੁਹਾਡੀ ਜੇਬ ਵਿੱਚ 1,000 ਕਰੋੜ ਰੁਪਇਆ ਜਾਂਦਾ, ਨਾ ਨਾ 1,000 ਕਰੋੜ ਨਹੀਂ, 1 ਕਰੋੜ ਰੁਪਇਆ ਜਾਂਦਾ ਜੇਬ ਆਪਣੇ ਆਪ, 1 ਕਰੋੜ ਰੁਪਏ। ਤੁਸੀਂ ਹੈਗੇ ਹੋਮਲੈਸ, ਜੋਬਲੈਸ, ਕੁਛ ਨਹੀਂ ਗਾ ਤੁਹਾਡੇ ਕੋਲ, ਜੋ ਕੱਪੜੇ ਪਾਏ ਹੋਏ ਨੇ ਸਿਰਫ ਉਹੀ ਨੇ, ਉਸ ਤੋਂ ਬਾਅਦ ਤੁਹਾਡੇ ਕੋਲ ਆ ਜਾਂਦਾ 1 ਕਰੋੜ ਰੁਪਇਆ ਜੇਬ ਦੇ ਵਿੱਚ। ਕੀ ਕਰੋਗੇ, ਸਟਾਰਟ ਕਿਵੇਂ ਕਰੋਗੇ ਆਪਣੀ ਲਾਈਫ ਜਰਨੀ? 1 ਕਰੋੜ ਇਨ ਹੈਂਡ, ਕੋਈ ਘਰ ਨਹੀਂ, ਕੋਈ ਬਾਹਰ ਨਹੀਂ, ਕੋਈ ਜੋਬ ਨਹੀਂ, ਕੋਈ ਕੁਛ ਨਹੀਂ, ਸਟਾਰਟ ਯੂਅਰ ਜਰਨੀ। ਡੈਡੀ ਤੁਸੀਂ ਦੱਸੋ ਕਿਵੇਂ, ਕੰਮ ਸ਼ੁਰੂ ਕਰਨ ਲਈ ਕੁਛ ਨਾ ਕੁਛ ਤਾਂ, ਸੜਕ ਤੇ ਖੜੇ ਹੋ, ਅੱਗੇ ਕਿਵੇਂ ਤੁਰੋਗੇ ਕਿ ਉੱਥੇ ਖੜੇ ਹੈ? ਕਿੰਨੇ ਦੀ ਜਗ੍ਹਾ ਲਓਗੇ, ਕਿਹੜਾ ਕੰਮ ਸ਼ੁਰੂ ਕਰੋਗੇ? ਉਹੀ ਉਹ ਦੱਸੋ ਨਾ, ਉਹੀ ਤਾਂ ਪੁੱਛ ਰਿਹਾ ਨਾ, ਤੁਸੀਂ ਖਾਣਾ ਬਣਾ ਸਕਦੇ, ਰੈਸਟੋਰੈਂਟ ਖੋਲੋਗੇ, ਹੁਣ ਸੜਕ ਤੇ ਖੜੇ ਤੁਸੀਂ ਸਿੱਧਾ ਪਹਿਲਾਂ ਰੈਸਟੋਰੈਂਟ ਕਿਵੇਂ ਖੋਲੋਗੇ? ਸੜਕ ਤੇ ਖੜੇ ਹੋ ਨਾ, ਹੁਣ ਤੁਸੀਂ ਡਾਇਰੈਕਟ ਉੱਥੇ ਤਾਂ ਨਹੀਂ, ਸਟੈਪ ਕੀ ਹੋਏਗਾ, ਅਗਲਾ ਸਟੈਪ ਕੀ ਹੋਏਗਾ? ਅਚਾਨਕ ਤੁਹਾਡੇ ਖੜੇ ਹੱਥ ਵਿੱਚ 1 ਕਰੋੜ ਰੁਪਇਆ ਆ ਗਿਆ, ਸੜਕ ਤੇ ਖੜੇ ਹੋ, ਹੁਣ ਇਹਦਾ ਨਹੀਂ ਉੱਥੋਂ ਹੀ ਉੱਥੇ ਸੜਕ ਦੇ ਰੈਸਟੋਰੈਂਟ ਖੋਲੋਗੇ? ਮੈਂ ਪੁਰਨਾ ਟੇਡਾ ਜਿਹਾ ਬੰਨਿਆ ਹੋਇਆ, 1 ਕਰੋੜ ਅਚਾਨਕ ਜੇਬ ਦੇ ਵਿੱਚ ਆ ਗਿਆ, ਖਾਲੀ ਖੜੇ ਹਾਂ, ਕੀ ਅਗਲਾ ਸਟੈਪ ਹੋਏਗਾ ਇਹ ਤੁਸੀਂ ਵੀ ਮੈਨੂੰ ਦੱਸਿਓ, ਅਤੇ ਜੇ ਤੁਹਾਡੇ ਨਾਲ ਇੱਦਾਂ ਹੋਵੇ, ਸਿਚੁਏਸ਼ਨ ਬਣੀ, ਤੁਸੀਂ ਕੀ ਕਰੋਗੇ? ਪੂਰਾ ਕਮੈਂਟ ਲਿਖ ਕੇ ਦੱਸ ਦਿਓ, ਵਧੀਆ ਲੱਗੇਗਾ ਸਾਨੂੰ। ਅਤੇ ਦੀਦੀ ਦੱਸੋ ਸਟੈਪਸ ਕੀ, ਕਿਵੇਂ ਫੋਲੋ ਕਰੋਗੇ ਅੱਗੇ, ਕੀ ਕਰੋਗੇ? ਉਹ ਛੱਡੋ, ਆ ਗਿਆ ਉਹ ਆ ਗਿਆ, ਦੱਸੋ 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 ਕਿਰਨ। ਘਰ ਕਿੰਨੇ ਦਾ ਮਿਲ ਜਾਏਗਾ ਤੁਹਾਨੂੰ? 50 ਲੱਖ ਦਾ ਘਰ ਖਰੀਦਣਾ ਰਹਿ ਗਿਆ, 50 ਲੱਖ ਜੇਬ ਵਿੱਚ। ਹਾਂਜੀ 1 ਕਰੋੜ ਸੀ ਪਿੱਛੇ, 50 ਲੱਖ ਰਹਿ ਗਿਆ, 10 ਲੱਖ ਦਾ ਘਰ ਕਿੱਥੇ ਮਿਲੇਗਾ ਤੁਹਾਨੂੰ? ਦੈਟਸ ਦਾ ਪੁਆਇੰਟ, ਸਭ ਤੋਂ ਪਹਿਲਾ ਪੁਆਇੰਟ ਇਹ, ਆਪਾਂ ਜਦੋਂ ਸੜਕ ਤੇ ਖੜੇ ਆ ਨਾ, ਤੁਰੇ ਜਾਵਾਂਗੇ ਸਾਈਡ ਸੂਟ ਤੇ, ਕੋਈ ਲੱਭਾਂਗੇ ਟੂਲੈਟ ਵਾਲੇ ਸਰਵਿਸ ਵਾਲੇ, ਵੀ ਪਹਿਲਾਂ ਸਾਨੂੰ ਰੈਂਟ ਤੇ ਘਰ ਦਵਾ, ਫਰਨਿਸ਼ਡ ਘਰ, ਆਪਾਂ ਫਰਨਿਸ਼ਡ ਘਰ ਚ ਪਹਿਲਾਂ ਜਾ ਕੇ ਆਰਾਮ ਕਰਾਂਗੇ, ਪੈਸੇ ਉੱਥੇ ਖਾਵਾਂਗੇ ਪੀਵਾਂਗੇ, ਔਰ ਸੋਚਾਂਗੇ ਵੀ ਇਸ ਪੈਸੇ ਦਾ ਕੀ ਕਰਨਾ। ਰੈਂਟ ਕਿੰਨਾ ਹੋ ਗਿਆ? 10,000-15,000 ਰੈਂਟ, ਇਸ ਤੋਂ ਜ਼ਿਆਦਾ ਨਹੀਂ ਹੁੰਦਾ, ਠੀਕ। 1 ਸਾਲ ਦਾ ਪੂਰਾ ਰੈਂਟ, ਪੂਰਾ ਸਾਲ ਦਾ ਕਿਰਾਇਆ ਵੀ ਦੇ ਦੀ ਤਾਂ 1,80,000 ਰੁਪਇਆ, ਠੀਕ ਹੈ, 1,80,000 ਰੁਪਇਆ। ਅਤੇ ਪਿੱਛੇ ਤੁਹਾਡੇ ਕੋਲ ਮਤਲਬ 2 ਲੱਖ ਹੀ ਮੰਨ ਲਓ, ਜੇ ਰੋਟੀ ਰੋਟੀ ਖਾ ਕੇ, ਪਿੱਛੇ ਤੁਹਾਡੇ ਕੋਲ 98 ਲੱਖ ਰੁਪਇਆ ਬਚ ਗਿਆ, ਸਾਲ ਦਾ ਕਿਰਾਇਆ ਵੀ ਦੇ ਦਾ ਐਡਵਾਂਸ। ਉਸ ਉਹਦੇ ਵਿੱਚ ਪਲੈਨਿੰਗ ਕੀ ਕਰੋਗੇ ਵੀ ਹੁਣ ਕੋਈ ਕਾਰੋਬਾਰ ਖੋਲਦੇ ਹਾਂ, ਉਹਦੇ ਵਿੱਚੋਂ 90 ਲੱਖ ਰੁਪਏ ਦੀ FDs ਕਰਾ ਦੇਣੀਆਂ ਨੇ, 90 ਲੱਖ ਦੀਆਂ ਛੋਟੀਆਂ ਛੋਟੀਆਂ FDs ਇਕੱਠੀਆਂ ਕਰਾਉਣੀ,
8 ਲੱਖ ਰੁਪਏ ਜਿਹੜਾ ਬਚਿਆ ਹੋਇਆ ਨਾ ਉਹਦਾ ਕੋਈ ਕਾਰੋਬਾਰ ਖੋਲੋਗੇ ਛੋਟਾ, ਸਮਝ ਰਹੇ ਹੋ? ਹਾਂਜੀ ਬੀਬੀ, ਜਿਹੜੇ ਕਾਰੋਬਾਰ ਤੋਂ ਪੇਮੈਂਟ ਆਏਗੀ ਉਸ 'ਤੇ ਲੋਨ 'ਤੇ ਕਰ ਲਵਾਂਗੇ, ਨਾ ਕਿ ਸਾਰਾ ਪੇਮੈਂਟ ਉਡਾ ਦੇਣਾ। ਹਾਂ, ਕਰ ਲੈ ਲਾਂਗੇ 50 ਲੱਖ ਦਾ, 50 ਲੱਖ ਰਹਿ ਗਿਆ ਪਿੱਛੇ, ਠੀਕ ਹੈ ਨਾ ਡੈਡੀ? ਬਾਕੀ ਤੁਸੀਂ ਦੱਸੋ ਤੁਸੀਂ ਕੀ ਕਰੋਗੇ? ਮੈਂ ਹੋਵਾਂਗਾ ਤੇ ਮੈਂ ਤਾਂ ਕਰੂੰਗਾ ਜੀ, ਬਾਕੀ ਤੁਸੀਂ ਦੱਸੋ ਤੁਸੀਂ ਕੀ ਕਰੋਗੇ? ਲਓ ਜੀ, ਅਸੀਂ ਚੱਲੇ ਆ ਗੁਰਦੁਆਰਾ ਸਾਹਿਬ ਤਲਨ ਸਾਹਿਬ। ਤਲਨ ਸਾਹਿਬ ਆ ਨਾ ਗੁਰਦੁਆਰੇ ਦਾ ਨਾਮ ਭਾਬੀ? ਹਾਂਜੀ ਹਾਂ। ਸੁਪਨ ਵੀਰਾ, ਸ਼ਿੱਪੀ, ਡੈਡੀ, ਮੰਮੀ, ਭਾਬੀ, ਇੱਧਰ ਸੀਰਤ, ਬਹੁਤ ਸੋਹਣੀ ਲੱਗ ਰਹੀ ਆ। ਇੱਧਰ ਮੈਂ, ਬਾਕੀ ਸਾਰੇ ਘਰੇ। ਦੀਦੀ ਕਹਿੰਦੇ ਮੈਂ ਘਰੇ ਸਬਜ਼ੀ ਬਣਾਉਂਦੀ ਹਾਂ, ਤੁਸੀਂ ਗੁਰਦੁਆਰਾ ਸਾਹਿਬ ਮੱਥਾ ਟੇਕ ਆਓ। ਅਤੇ ਗੁਰਦੁਆਰਾ ਸਾਹਿਬ ਬਿਲਕੁਲ ਸਾਡੇ ਲਾਗੇ ਆ, ਸੋ ਇਸ ਕਰਕੇ ਅਸੀਂ ਸਾਰੇ ਜਾਣੇ ਜਾ ਰਹੇ ਹਾਂ ਮੱਥਾ ਟੇਕਣ ਸ਼ਾਮ ਦਾ ਟਾਈਮ, ਤਲਨ ਸਾਹਿਬ ਗੁਰੂ ਘਰ। ਤੇ ਇੱਕ ਦੀਦੀ ਹੋਰ ਦੱਸ ਰਹੇ ਸੀ, ਵੈਸੇ ਮੈਨੂੰ ਨੀ ਯਾਦ, ਦਕੋਹਾ ਸਾਹਿਬ, ਬਾਬਾ ਬੁੱਢਾ ਸਾਹਿਬ ਜੀ ਦਾ ਨਾ ਗੁਰਦੁਆਰਾ ਸਾਹਿਬ। ਮੈਂ ਤੇ ਸੀਰਤ ਪਿੱਛੇ ਬੈਠੀਆਂ ਨੇ ਬੈਠੀਆਂ। ਗੁਰਦੁਆਰਾ ਤਲਨ ਸਾਹਿਬ ਇਹੀ ਗੁਰਦੁਆਰਾ ਨਾ ਜਿਹਨੇ ਜਹਾਜ਼ ਚੜਾਏ ਜਾਂਦੇ ਨੇ, ਜਹਾਜ਼ ਚੜਾ ਕੇ ਤੇ ਸੁਖਨਾ ਪੂਰੀ ਕਰਦੇ ਨੇ ਇੱਥੋਂ, ਹਨਾ ਵੀ ਸਾਡੇ ਬਾਹਰ ਦੇ ਵੀਜ਼ੇ ਲੱਗ ਜਾਣ, ਫਿਰ ਚਲੋ ਜਿਹਨਾਂ ਦੇ ਵੀਜ਼ੇ ਲੱਗ ਜਾਂਦੇ ਨੇ ਫਿਰ ਇੱਥੇ ਆ ਕੇ ਜਹਾਜ਼ ਚੜਾ ਜਾਂਦੇ ਨੇ, ਸੁਖਨਾ ਸੁੱਕਦੇ ਨੇ, ਸੁਖਨਾ ਸੁੱਕਦੇ ਬਾਅਦ ਚੋਂ ਚੜਾ ਕੇ ਜਾਂਦੇ ਵੀਜ਼ਾ ਆਉਣ ਤੇ ਫਿਰ ਚੜਾ ਕੇ ਜਾਂਦੇ ਨੇ ਜਹਾਜ਼। ਗੁੱਡ ਹੈ ਜੀ, ਗੁੱਡ। ਸਪਨ ਭਾਜੀ ਨਾਲ ਸਾਰੇ ਪਰਿਵਾਰ ਦੇ ਮੈਂਬਰ ਇੱਥੋਂ ਲੈਂਦੇ ਨੇ ਜਹਾਜ਼ ਲੰਗਰ ਘਰ ਸੰਗਤ। ਹਾਂ, ਇੱਧਰਲੀ ਸਾਈਡ ਲੰਗਰ ਘਰ, ਜਿਵੇਂ ਆਹ ਦੁਕਾਨਾਂ ਤੋਂ ਹੀ ਜਹਾਜ਼ ਲੈ ਕੇ ਇੱਥੇ ਗੁਰੂ ਮਹਾਰਾਜ ਦੇ ਚੜਾ ਦਿੰਦੇ ਨੇ, ਬਾਕੀ ਆਪਾਂ ਉਤਰ ਕੇ ਕਰਾਉਂਦੇ ਹਾਂ ਦਰਸ਼ਨ। ਤਲਣ ਸਾਹਿਬ ਗੁਰਦੁਆਰਾ ਸਾਹਿਬ, ਇੱਥੋਂ ਸੰਗਤ ਲੈ ਕੇ ਜਹਾਜ਼ ਖਿਡੌਣੇ ਲੈ ਕੇ ਗੁਰਦੁਆਰਾ ਸਾਹਿਬ ਚੜ੍ਹਾਉਂਦੇ ਨੇ। ਤਲਣ ਗੁਰਦੁਆਰਾ ਸਾਹਿਬ ਬਾਬਾ ਨਿਹਾਲ ਸਿੰਘ ਜੀ ਅਤੇ ਬਾਬਾ ਹਰਨਾਮ ਸਿੰਘ ਜੀ ਦੇ ਯਾਦ ਵਿੱਚ ਬਣਿਆ ਹੋਇਆ, ਸਿੰਘ ਸ਼ਹੀਦਾਂ ਦੀ ਧਰਤੀ ਹੈ ਜੀ ਇਹ, ਅਤੇ ਬਹੁਤ ਜ਼ਿਆਦਾ ਮਾਨਤਾ ਹੈ ਇੱਥੇ। ਜਿਵੇਂ ਕਿ ਤੁਹਾਨੂੰ ਦੱਸਿਆ, ਜਿਹੜੇ ਵੀ ਇੱਥੇ ਸੁਖਨਾ ਸੁੱਕ ਕੇ ਜਾਂਦੇ ਨੇ ਕਿ ਸਾਡੇ ਬਾਹਰਲੇ ਵੀਜ਼ੇ ਲੱਗ ਜਾਣ, ਅਤੇ ਇੱਥੇ ਜਦੋਂ ਉਹਨਾਂ ਦੇ ਕੰਮ ਕਾਰਜ ਪੂਰੇ ਹੋ ਜਾਂਦੇ ਨੇ ਅਤੇ ਜਹਾਜ਼ ਖਿਡੌਣੇ ਚੜ੍ਹਾ ਕੇ ਜਾਂਦੇ ਨੇ, ਜਿਹਨੂੰ ਆਪਾਂ ਕਹਿ ਦਿੰਦੇ ਜਹਾਜ਼ਾਂ ਵਾਲਾ ਗੁਰਦੁਆਰਾ ਵੀ ਕਿਹਾ ਜਾਂਦਾ ਇਹਨੂੰ। ਇਸ ਤੋਂ ਇਲਾਵਾ ਵੀ ਇੱਥੇ ਜੋ ਵੀ ਸੰਗਤ ਆ ਕੇ ਆਪਣੀ ਮਨੋਕਾਮਨਾ ਮੰਗਦੀ ਹੈ ਜੀ, ਜ਼ਰੂਰ ਪੂਰੀ ਹੁੰਦੀ ਹੈ। ਚੱਲੇ ਅੱਜ ਅਸੀਂ, ਗਰਮੀ ਬਹੁਤ ਜ਼ਿਆਦਾ ਵਾ, ਅਤੇ ਮਾਸੀ ਸਪੈਸ਼ਲ ਬਾਹਰ ਆਏ, ਕਹਿੰਦੇ ਮੈਂ ਗੱਡੀ ਵੇਖਣੀ ਆ, ਤੁਰਿਆ ਨਹੀਂ ਜਾਂਦਾ, ਪਰ ਫਿਰ ਵੀ ਆਏ ਮਾਸੀ। ਨਾ ਨਾ, ਠੀਕ ਹੈ ਠੀਕ ਹੈ, ਮਾਸੀ ਜੀ ਨੂੰ ਪ੍ਰੋਬਲਮ ਹੋਈ ਹੈ, ਧਿਆਨ ਨਾਲ ਮਾਸੀ ਆਰਾਮ ਦੇ ਨਾਲ। ਤੁਸੀਂ ਸਾਰੇ ਜਾਣੇ ਬਲੈਸਿੰਗਸ ਦਿਓ ਕਿ ਮਾਸੀ ਸਾਡੇ ਜਲਦੀ ਜਲਦੀ ਠੀਕ ਹੋ ਜਾਣਾ, ਹੈ ਨਾ? ਕਿਉਂਕਿ ਜਿਹੜਾ ਬੰਦਾ ਕੰਮ ਕਰਦਾ ਹੋਵੇ ਨਾ, ਉਹਦੇ ਕੋਲ ਬੈਠਾ ਨਹੀਂ ਜਾਂਦਾ ਹੈਗਾ, ਉਹਨੂੰ ਇਹ ਕਿ ਮੈਂ ਜਲਦੀ ਜਲਦੀ ਤੁਰਾਂ, ਆਪਣੇ ਸਾਰੇ ਕੰਮ ਕਰਾਂ। ਚਲੋ, ਬਹੁਤ ਸੋਹਣੀ ਹੈ। ਬਾਏ ਬਾਏ ਸਾਰਿਆਂ ਨੂੰ, ਬਾਏ ਬਾਏ। ਚਲੋ ਜੀ, ਗੱਡੀ ਬੈਕ ਹੀ ਕਰ ਲਈ ਇੱਥੋਂ ਸਿੱਧੀ। ਬਹੁਤ ਵਧੀਆ ਦਿਨ ਬੀਤੇ ਆ, ਬਹੁਤ ਵਧੀਆ ਇੰਜੋਏ ਕੀਤਾ ਕਾਫੀ ਜ਼ਿਆਦਾ। ਹੁਣ ਮੰਮੀਰਾਂ ਨੂੰ ਬੱਸ ਸਟੈਂਡ ਛੱਡਦੇ ਆ ਆਪਾਂ। ਲਓ ਜੀ, ਅਸੀਂ ਪਹੁੰਚ ਕੇ ਘਰੇ, ਤੇ ਘਰੇ ਆਣ ਕੇ ਪਹਿਲਾਂ ਅਸੀਂ ਬਣਾਈ ਚਾਹ 3:30 ਵਜੇ, ਮਤਲਬ ਹੁਣ ਤਾਂ 4:15 ਹੋ ਗਏ ਆ। ਚਾਹ ਦੇ ਨਾਲ ਅਸੀਂ ਖਾਧੇ ਪਰੌਂਠੇ, ਕਿਉਂਕਿ ਪਰੌਂਠੇ ਅਸੀਂ ਪੈਕ ਕਰਵਾ ਕੇ ਆਏ ਸੀ, ਦੋ ਵੀ ਅਸੀਂ ਗਿਆ ਸੀ ਮਾਸੀ ਉਹਨਾਂ ਨੂੰ ਕਿ ਸਾਨੂੰ ਪਰੌਂਠੇ ਪੈਕ ਕਰ ਦਿਓ, ਭਾਬੀ ਨੇ ਪਰੌਂਠੇ ਪੈਕ ਕਰਤੇ। ਅਤੇ ਪਹਿਲਾਂ ਜਦੋਂ ਸਵੇਰੇ ਪਰੌਂਠੇ ਬਣਾਏ ਨਾ ਆਲੂ ਦੇ, ਤਾਂ ਛਿੱਪੀ ਰਾਤੀ ਕਹਿ ਕੇ ਸੁੱਤੇ ਕਿ ਮੈਨੂੰ ਸਵੇਰੇ ਨਾ ਸਿੰਪਲ ਫੁਲਕਾ ਹੀ ਦੇ ਦਿਓ, ਮੈਨੂੰ ਪਰੌਂਠੇ ਨਾ ਦਿਓ, ਮੈਨੂੰ ਡਿੱਗ ਚੜ੍ਹ ਜਾਂਦੀ ਆ, ਕਿਉਂਕਿ ਸਵੇਰੇ ਇਹਨਾਂ ਨੂੰ ਹੁੰਦੀ ਆ ਪ੍ਰੋਬਲਮ।
ਫਿਰ ਜਦੋਂ ਸਵੇਰੇ ਖੁਸ਼ਬੂ ਆ ਰਹੀ ਜਦੋਂ ਬਣ ਕੇ ਆ ਰਿਹਾ ਖਾਣਾ ਸਾਰੇ ਖਾਣੇ ਸ਼ੁਰੂ ਕਰਦੇ ਛੇਤੀ ਕਹਿੰਦੇ ਮੈਂ ਵੀ ਹੁਣ ਮੇਰੇ ਵਾਸਤੇ ਵੀ ਮਤਲਬ ਪਰੌਂਠੇ ਬਣਾ ਦਿਓ ਮੈਂ ਕਿਹਾ ਹੁਣ ਭਾਬੀ ਨੇ ਤੁਹਾਡੇ ਵਾਸਤੇ ਦੂਜਾ ਆਟਾ ਗੁੰਨ ਲਿਆ ਤੇ ਹੁਣ ਤੁਹਾਨੂੰ ਦੂਜੀ ਰੋਟੀ ਮਿਲਣੀ ਆ ਤੇ ਕਹਿੰਦੇ ਨਹੀਂ ਚੱਲ ਬਣਾ ਦਿਓ ਫਿਰ ਬਾਅਦ ਚ ਇਹਨਾਂ ਨੇ ਸਵੇਰੇ ਪਰੌਂਠੇ ਹੀ ਖਾਧੇ ਖਾ ਕੇ ਛੇਤੀ ਦਿੱਕਤ ਨੀ ਜਿਹੜੀ ਨਾ ਤੁਹਾਨੂੰ ਹੋਲੇ ਪਰੌਂਠੇ ਹੁੰਦੇ ਨਾ ਪਤਲੇ ਪਤਲੇ ਜਿਹੇ ਇੰਨਾ ਭਾਰੀ ਪਤਲਾ ਜਿਵੇਂ ਰੁਮਾਲੀ ਫੁਲਕਾ ਹੁੰਦਾ ਨਾ ਉਹ ਆਲੂ ਵਾਲਾ ਪਰੌਂਠਾ ਯਾਰ ਉਹ ਆਲੂ ਵਾਲਾ ਉਹ ਹੈ ਵੀ ਦੋ ਰੋਟੀਆਂ ਦੇ ਵਿੱਚ ਪਤਾ ਹੀ ਨਹੀਂ ਲੱਗਦਾ ਇੰਨਾ ਪਤਲਾ ਕਿਵੇਂ ਬਣਾ ਲੈਂਦੇ ਨੇ ਯਾਰ ਮੈਨੂੰ ਆਪ ਨਹੀਂ ਸਮਝ ਆਉਂਦੀ ਯਾਰ ਬਹੁਤ ਸਵਾਦ ਸੀ ਬਾਦ ਤੁਸੀਂ ਤਾਂ ਖਾਧਾ ਨਹੀਂ ਨਾ ਤੇ ਫਿਰ ਬਾਅਦ ਵਿੱਚ ਨਾ ਅਸੀਂ ਖਾ ਪੀ ਕੇ ਤੇ ਚਲੋ ਫਿਰ ਚਾਹ ਪਾਣੀ ਮੰਮੀ ਹੁਣੀ ਆਪਣੇ ਉਧਰ ਨੂੰ ਚਲੇ ਗਏ ਬਟਾਲੇ ਨੂੰ ਤੇ ਉਹਨਾਂ ਨੇ ਮੰਮੀ ਹੁਣਾਂ ਨੂੰ ਜਲੰਧਰ ਬੱਸ ਸਟੈਂਡ ਤੇ ਉਤਾਰ ਆਏ ਸੀ ਮੰਮੀ ਹੁਣੀ ਬੱਸ ਮਿਲ ਗਈ ਉਹਨਾਂ ਨੂੰ ਤੇ ਚਲੇ ਗਏ ਉਹ ਵੀ ਪਹੁੰਚ ਗਏ ਹੋਣਗੇ ਹੁਣ ਘਰੇ ਅਜੇ ਉਹਨਾਂ ਦਾ ਫੋਨ ਨਹੀਂ ਆਇਆ ਤੇ ਅਸੀਂ ਵੀ ਪਹੁੰਚ ਗਏ ਤੇ ਅਸੀਂ ਵੀ ਚਾਹ ਨਾਲ ਹੁਣ ਪਰੌਂਠੇ ਖਾਧੇ ਆਣ ਕੇ ਤੇ ਬਹੁਤ ਵਧੀਆ ਲੱਗਾ ਮਤਲਬ ਅਸੀਂ ਕੱਲ੍ਹ ਗਏ ਵਨ ਨਾਈਟ ਸਟੇ ਕੀਤੀ ਮਾਸੀ ਘਰ ਬਹੁਤ ਜ਼ਿਆਦਾ ਵਧੀਆ ਲੱਗੀ ਕਿਉਂਕਿ ਬਚਪਨ 'ਚ ਅਸੀਂ ਜਦੋਂ ਛੋਟੇ ਹੁੰਦੇ ਉਦੋਂ ਅਸੀਂ ਮਾਸੀ ਕੋਲ ਹੀ ਛੁੱਟੀਆਂ ਕੱਟਣ ਜਾਂਦੇ ਹੁੰਦੇ ਸੀ ਗਰਮੀਆਂ ਦੀਆਂ ਤੇ ਬਾਕੀ ਮਾਸੀ ਠੀਕ ਵੀ ਨਹੀਂ ਸੀ ਜਦੋਂ ਅਸੀਂ ਪਿਛਲੀ ਵਾਰੀ ਗਏ ਸੀ ਉਦੋਂ ਮਾਸੀ ਉਹਨਾਂ ਕੋਲ ਜਾ ਨਹੀਂ ਆਇਆ ਸਾਡੇ ਕੋਲ ਅਸੀਂ ਵਾਪਸ ਆ ਗਏ ਸੀ ਜਦੋਂ ਮੈਂ ਪਿੰਡ ਗਈ ਤੇ ਹੁਣ ਅਸੀਂ ਚਲੋ ਮਾਸੀ ਦਾ ਪਤਾ ਲਿਆ ਇਹਨਾਂ ਨੇ ਮਾਸੀ ਦਾ ਵੀ ਮਨ ਹੋਰ ਹੋ ਜਾਂਦਾ ਉਹਨਾਂ ਨੂੰ ਵੀ ਇਹ ਹੁੰਦਾ ਕਿ ਕੋਈ ਆਇਆ ਵਾ ਬੰਦੇ ਦਾ ਮਨ ਹੋਰ ਹੋ ਜਾਂਦਾ ਜਿਹੜਾ ਜਿਹੜਾ ਬੰਦਾ ਮੰਜੇ ਤੇ ਬੈਠਾ ਹੁੰਦਾ ਨਾ ਉਹਨੂੰ ਬੰਦੇ ਨੂੰ ਇੱਕ ਹੁੰਦਾ ਥੋੜਾ ਚੇਂਜ ਚਾਹੀਦਾ ਵਾ ਹਨਾ ਬਾਹਰ ਅੰਦਰ ਜਾ ਨਹੀਂ ਸਕਦੇ ਸੋ ਇਸ ਕਰਕੇ ਮਾਸੀ ਦਾ ਮਨ ਹੋਰ ਹੋ ਗਿਆ ਮਾਸੀ ਨੂੰ ਨਾ ਮਤਲਬ ਉਹ ਤਾਂ ਸਾਰੇ ਠੀਕ ਨੇ ਕੋਈ ਪ੍ਰੋਬਲਮ ਨਹੀਂ ਉਹਨਾਂ ਨੂੰ ਨਾ ਜਿਵੇਂ ਗਠੀਆ ਦੀ ਪ੍ਰੋਬਲਮ ਹੋਈ ਜਿਹਦੇ ਕਰਕੇ ਉਹਨਾਂ ਨੂੰ ਜਿਹੜੇ ਗੋਡਿਆਂ ਦੇ ਉੱਤੇ ਭਾਰ ਨਹੀਂ ਪੈਂਦਾ ਔਰ ਤੁਰਿਆ ਨਹੀਂ ਜਾਂਦਾ ਬੜੇ ਥਾਵਾਂ ਤੋਂ ਮੈਡੀਸਨ ਖਾਧੀ ਹੈ ਬਟ ਅਜੇ ਕਹਿੰਦੇ ਡਾਕਟਰ ਕਹਿੰਦੇ ਹੌਲੀ ਹੌਲੀ ਫਰਕ ਪਊਗਾ ਚਲੋ ਪਰਮਾਤਮਾ ਕਰੇ ਉਹਨਾਂ ਨੂੰ ਛੇਤੀ ਫਰਕ ਪਾਏ ਕਿਉਂਕਿ ਉਹ ਕੰਮ ਕਰਨ ਵਾਲੇ ਬਹੁਤ ਨੇ ਇਸ ਕਰਕੇ ਮੰਜੇ ਤੇ ਬਹਿ ਨਹੀਂ ਸਕਦੇ ਚਲੋ ਜਿੱਦਾਂ ਵੀ ਸੀ ਪਰ ਅਸੀਂ ਉਹਨਾਂ ਦੇ ਘਰੇ ਜਾ ਕੇ ਸਾਰਿਆਂ ਨੇ ਬਹੁਤ ਇੰਜੋਏ ਕੀਤਾ ਦੀਦੀ ਨੇ ਵੀ ਖਾਣਾ ਬਹੁਤ ਟੇਸਟੀ ਬਣਾਇਆ ਸੀ ਸਾਰਿਆਂ ਨੇ ਤੇ ਚਲੋ ਆਪਾਂ ਅੱਜ ਦਾ ਵਲੌਗ ਆਪਾਂ ਇੱਥੇ ਖਤਮ ਕਰਦੇ ਹਾਂ ਤੁਹਾਨੂੰ ਮਿਲਦੇ ਹਾਂ ਕੱਲ੍ਹ ਇੱਕ ਨਵੇਂ ਵਲੌਗ 'ਚ ਤੇ ਨਵੀਂ ਇਨਫੋਰਮੇਸ਼ਨਾਂ ਦੇ ਨਾਲ ਹਾਂ ਨਵੇਂ ਵਲੌਗ ਵਿੱਚ ਨਵੀਂ ਇਨਫੋਰਮੇਸ਼ਨਾਂ ਦੇ ਨਾਲ ਆਪਾਂ ਤੁਹਾਨੂੰ ਮਿਲਦੇ ਹਾਂ ਤੇ ਦਿਓ ਸਾਨੂੰ ਇਜਾਜ਼ਤ ਹੁਣ ਅਸੀਂ ਘਰੇ ਆਏ ਹਾਂ ਘਰ ਵੀ ਸਾਨੂੰ ਖਾਲੀ ਲੱਗ ਰਿਹਾ ਕਿਉਂਕਿ ਅੱਗੇ ਸਾਡੇ ਨਾਲ ਮੰਮੀ ਡੈਡੀ ਹੋਣੀ ਘੁੰਮਣ ਜਾਂਦੇ ਸੀ ਨਾਲ ਘਰੇ ਹੁੰਦੇ ਤੁਸੀਂ ਉਹ ਵੀ ਹਫ਼ਤਾ ਰਹਿ ਕੇ ਚੱਲ ਗਿਆ ਚਲੋ ਕੋਈ ਨਾ ਚਲੋ ਮਿਲਦੇ ਹਾਂ ਕੱਲ੍ਹ ਦਿਓ ਸਾਨੂੰ ਇਜਾਜ਼ਤ ਬਾਏ ਬਾਏ।